ਔਰ ਆਪਣੇ ਦੌਰ ਦੀ ਬੜੀ ਸਪਰਿਟ ਫਿਲਮ ਔਰ ਜਿਹੜੀ ਦੂਸਰੀ ਫਿਲਮ ਲੈ ਕੇ ਮੈਂ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਰਿਹਾ, ਉਸ ਫਿਲਮ ਦਾ ਨਾਮ ਹੈ ਬਦਮਾਸ਼ ਪੁੱਤਰ। 16 ਅਗਸਤ 1974 ਬਰੋ ਜਿਮਾ ਰਿਲੀਜ਼ ਹੋਣ ਵਾਲੀ ਇੱਕ ਬਲੈਕ ਐਂਡ ਵਾਈਟ ਪੰਜਾਬੀ ਫਿਲਮ ਬਦਮਾਸ਼ ਪੁੱਤਰ। ਇਸ ਫਿਲਮ ਦਾ ਜਿਹੜਾ ਟਾਈਟਲ ਰੋਲ ਹੈ ਅਦਾਕਾਰ ਯੂਸਫ ਖਾਨ ਨੇ ਅਦਾ ਕੀਤਾ ਸੀ। ਤੁਹਾਨੂੰ ਪਤਾ ਕਿ ਯੂਸਫ ਖਾਨ ਫਸਟ ਸਟਾਈਲ ਫਨਕਾਰ ਹੈ ਔਰ ਬਦਮਾਸ਼ੀ ਦੀ ਜਿਹੜੀ ਐਕਟਿੰਗ ਹੈ, ਬਦਮਾਸ਼ ਦੀ ਐਕਟਰ ਬੜੀ ਹੀ ਜ਼ਬਰਦਸਤ ਯੂਸਫ ਖਾਨ ਨੇ ਕੀਤੀ ਹੈ ਔਰ ਮਲਕਾ ਜਜ਼ਬਾਤ ਨਬੀਲਾ ਨੇ ਇਸ ਫਿਲਮ ਦੇ ਅੰਦਰ ਬੜਾ ਹੀ ਸ਼ਾਨਦਾਰ, ਬੜਾ ਹੀ ਜਾਨਦਾਰ ਕੰਮ ਕੀਤਾ ਹੈ। ਇਸ ਫਿਲਮ ਦੇ ਜਿਹੜੇ ਅਦਾਕਾਰ ਯੂਸਫ ਖਾਨ, ਆਲੀਆ, ਮੁਮਤਾਜ਼, ਇਕਬਾਲ ਹਸਨ, ਔਰੰਗਜ਼ੇਬ, ਨਬੀਲਾ, ਸ਼ੇਖ ਇਕਬਾਲ, ਖਾਨਮ, ਜੱਗੀ ਮਲਕ, ਖਾਲਦ ਅਬਾਸ ਡਾਰ, ਖਲੀਫਾ ਨਜ਼ੀਰ, ਮੁਸਤਫਾ ਟਿੰਡ, ਰਾਜ ਮੁਲਤਾਨੀ ਅਤੇ ਇਮਦਾਦ ਹੁਸੈਨ। ਹਦਾਇਤ ਮਸੂਦ ਅਸਕਰ, ਫਿਲਮ ਸਾਜ਼ ਦਿਲਾਵੇਜ਼ ਭੱਟ, ਮੁਸਨਿਫ ਤਨਵੀਰ ਕਾਜ਼ਮੀ ਅਤੇ ਇਹਦਾ ਮਿਊਜ਼ਿਕ ਦਿੱਤਾ ਹੈ ਬਖਸ਼ੀ ਵਜ਼ੀਰ ਨੇ। ਗੁਲੂਕਾਰ ਨੂਰ ਜਹਾਨ, ਤਸੱਵਰ ਖਾਨਮ, ਹੁਮੈਰਾ, ਮਸੂਦ ਰਾਣਾ ਅਤੇ ਪਰਵੇਜ਼ ਮਹਿਦੀ। ਕੈਮਰਾਮੈਨ ਸਲੀਮ ਭੱਟ। ਔਰ ਇਸ ਫਿਲਮ ਦੇ ਜਿਹੜੇ ਮਸ਼ਹੂਰ ਗਾਣੇ ਉਹ ਇਹ ਸਨ। ਇਸ ਫਿਲਮ ਦੇ ਅੰਦਰ ਨਬੀਲਾ ਨੇ ਬੜੀ ਸ਼ਾਨਦਾਰ ਐਕਟਿੰਗ ਦਾ ਮੁਜ਼ਾਹਰਾ ਕੀਤਾ ਹੈ। ਇਕਬਾਲ ਹਸਨ ਨੇ ਵਰਸਟ ਸਟਾਈਲ ਫਨਕਾਰ ਹਨ, ਜਿਹੜੇ ਇਕਬਾਲ ਹਸਨ ਉਹਨਾਂ ਨੇ ਬੜੀ ਅੱਛੀ ਐਕਟਿੰਗ ਕੀਤੀ। ਔਰ ਨਾਜ਼ਰੀ ਮੈਂ ਤੁਹਾਨੂੰ ਦੱਸਦਾ ਜਾਵਾਂ ਕਿ ਇਹ ਦੋਨੋਂ ਫਿਲਮਾਂ ਜਿਹੜੀਆਂ ਯੂਟਿਊਬ 'ਤੇ ਮੌਜੂਦ ਨਹੀਂ ਹਨ ਔਰ ਬੜੀਆਂ ਹੀ ਜ਼ਬਰਦਸਤ ਔਰ ਬੜੀਆਂ ਹੀ ਲਾਜਵਾਬ ਸੁਲਤਾਨ ਰਹੀ ਔਰ ਯੂਸਫ ਖਾਨ ਦੀਆਂ ਫਿਲਮਾਂ ਹਨ। ਅਗਰ ਤੁਹਾਨੂੰ ਮੇਰੀ ਮਾਲੂਮਾਤ ਅੱਛੀ ਲੱਗੀ ਹੋਵੇ, ਮੇਰੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ ਅਤੇ ਨੈਕਸਟ ਵੀਡੀਓ ਤੱਕ ਰੱਬ ਰਾਖਾ।